ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਫਤਿਹ ਸਿੰਘ, ਡਾਕਟਰ ਸੁਮਿਤਾ ਸੂਫਤ ਹੋਸਪਿਟਲ ਤੋਂ, ਅਤੇ ਮੇਰੇ ਨਾਲ ਨੇ ਜੀ ਸੋਨੀਆ, ਵਾਈਫ ਆਫ ਮਹਿੰਦਰ। ਇਹ ਕੈਥਲ ਡਿਸਟ੍ਰਿਕਟ ਹਰਿਆਣਾ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦੇ ਵਿਆਹ ਨੂੰ ਜੀ 18 ਤੋਂ 19 ਸਾਲ ਦਾ ਸਮਾਂ ਬੀਤ ਗਿਆ ਸੀ। ਇਹਨਾਂ ਦੇ ਕੋਈ ਵੀ ਬੱਚਾ ਨਹੀਂ ਸੀਗਾ। ਇਹਨਾਂ ਨੇ ਜਿਹੜਾ ਕਾਫੀ ਜਗ੍ਹਾ ਤੋਂ, ਹਰਿਆਣੇ ਵਾਲੀ ਸਾਈਡ ਤੋਂ, ਹੋਰ ਵੀ ਕਾਫੀ ਹੋਸਪਿਟਲਾਂ ਤੋਂ, ਵੱਡੇ ਵੱਡੇ ਡਾਕਟਰਾਂ ਤੋਂ ਜਿਹੜੀ ਆ ਬੱਚਾ ਹੋਣ ਦੀ ਦਵਾਈ ਲਈ, ਪਰ ਕਿਤੋਂ ਵੀ ਜਿਹੜਾ ਇਹਨਾਂ ਨੂੰ ਔਲਾਦ ਦਾ ਸੁੱਖ ਪ੍ਰਾਪਤ ਨਹੀਂ ਹੋਇਆ। ਉਸ ਤੋਂ ਬਾਅਦ ਜੀ ਇਹਨਾਂ ਨੂੰ ਇਹਨਾਂ ਦੇ ਇੱਕ ਰਿਸ਼ਤੇਦਾਰ ਨੇ, ਜਿਨ੍ਹਾਂ ਦੇ ਇੱਥੋਂ ਪਹਿਲਾਂ ਹੀ ਬੇਬੀ ਹੋਇਆ ਸੀਗਾ, ਉਹਨਾਂ ਨੇ ਇਹਨਾਂ ਨੂੰ ਡਾਕਟਰ ਸੁਮਿਤਾ ਸੂਫਤ ਹੋਸਪਿਟਲ ਦੀ ਦੱਸ ਪਾਈ ਕਿ ਤੁਸੀਂ ਇੱਕ ਵਾਰੀ ਲੁਧਿਆਣੇ ਜਾਓ ਡਾਕਟਰ ਸੁਮਿਤਾ ਕੋਲ, ਉੱਥੇ ਜਾ ਕੇ ਤੁਹਾਨੂੰ ਜਿਹੜੀ ਆ ਜ਼ਰੂਰ ਸਕਸੈਸ ਮਿਲੂਗੀ। ਅਤੇ ਉਸ ਤੋਂ ਬਾਅਦ ਜੀ ਇਹ ਡਾਕਟਰ ਸੁਮਿਤਾ ਜੀ ਨੂੰ ਮਿਲਣ ਦਾ ਟਾਈਮ ਲੈ ਕੇ ਲੁਧਿਆਣਾ ਹੋਸਪਿਟਲ ਵਿੱਚ ਆਏ, ਜਿੱਥੇ ਕਿ ਇਹਨਾਂ ਦਾ ਇਲਾਜ ਜਿਹੜਾ ਡਾਕਟਰ ਸੁਮਿਤਾ ਸੂਫਤ ਜੀ ਨੇ ਕੁਝ ਟੈਸਟ ਕਰਨ ਤੋਂ ਬਾਅਦ ਸ਼ੁਰੂ ਕੀਤਾ, ਅਤੇ ਇਹਨਾਂ ਨੂੰ ਇਕਸੀ ਵਿਧੀ ਰਾਹੀਂ ਜਿਹੜਾ ਗਾਈਡ ਕੀਤਾ ਗਿਆ ਕਿ ਤੁਹਾਡਾ ਜਿਹੜਾ ਟ੍ਰੀਟਮੈਂਟ ਆ ਇਕਸੀ ਵਿਧੀ ਰਾਹੀਂ ਹੋਊਗਾ, ਅਤੇ ਇਹਨਾਂ ਦੇ ਇਲਾਜ ਤੋਂ 2 ਤੋਂ 3 ਮਹੀਨੇ ਦੇ ਅੰਦਰ ਇਹਨਾਂ ਦੀ ਜਿਹੜੀ ਵਾਈਫ ਦੀ ਪ੍ਰੈਗਨੈਂਸੀ ਰਿਪੋਰਟ ਹੈ ਸੋਨੀਆ ਜੀ ਦੀ, ਉਹ ਪੋਜ਼ਿਟਿਵ ਆ ਗਈ ਸੀ। ਅਤੇ ਪੋਜ਼ਿਟਿਵ ਆਉਣ ਤੋਂ ਬਾਅਦ ਜੀ ਜਨਵਰੀ 2023 ਦੇ ਵਿੱਚ ਇਹਨਾਂ ਦੇ ਘਰ ਬੇਟੇ ਨੇ ਜਨਮ ਲਿਆ, ਜੋ ਇਸ ਟਾਈਮ ਇਹਨਾਂ ਦੀ ਗੋਦੀ ਦੇ ਵਿੱਚ ਹੈ। ਅਤੇ ਉਸ ਤੋਂ ਬਾਅਦ ਜੀ ਇਹਨਾਂ ਦੇ ਘਰ ਬੇਟੇ ਨੇ ਜਨਮ ਲਿਆ, ਅਤੇ ਇਹ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਡਾਕਟਰ ਸੁਮਿਤਾ ਸੂਫਤ ਜੀ ਦਾ, ਸਾਰੇ ਹਸਪਤਾਲ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਨੇ। ਅਤੇ ਹੋਰ ਵੀ ਜਿਹੜੇ ਬੇ ਔਲਾਦ ਜੋੜੇ ਨੇ, ਜਿਹੜੇ ਏਜ ਫੈਕਟਰ ਤੋਂ ਜਾਂ ਉੱਦਾਂ ਘਰ ਆਪਣੇ ਡਰ ਕੇ ਬੈਠੇ ਨੇ ਕਿ ਸਾਡੇ ਜਿਹੜਾ ਔਲਾਦ ਹੁਣ ਨਹੀਂ ਹੋ ਸਕਦੀ, ਤਾਂ ਮੈਂ ਇੱਥੇ ਉਹਨਾਂ ਨੂੰ ਗਲਤ ਬੋਲੂੰਗਾ ਕਿ ਤੁਸੀਂ ਇੱਦਾਂ ਡਰ ਕੇ ਜਾਂ ਨਿਰਾਸ਼ ਹੋ ਕੇ ਘਰ ਨਾ ਬੈਠੋ ਕਿ ਤੁਹਾਡੀ ਏਜ ਜਿਹੜੀ ਆ ਜ਼ਿਆਦਾ ਹੋ ਗਈ ਹੈ ਜਾਂ ਤੁਹਾਨੂੰ ਕੋਈ ਹੋਰ ਕਮੀ ਪੇਸ਼ੀ ਹੈ। ਉਹ ਤੁਹਾਡੀ, ਤੁਸੀਂ ਇੱਕ ਵਾਰੀ ਡਾਕਟਰ ਸੁਮਿਤਾ ਸੂਫਤ ਹੋਸਪਿਟਲ ਵਿੱਚ ਆਓ, ਆਪਣਾ ਇਲਾਜ ਕਰਵਾਓ, ਤੁਹਾਨੂੰ ਇੱਥੋਂ ਜ਼ਰੂਰ ਰਿਜ਼ਲਟ ਮਿਲੂਗਾ, 100% ਮਿਲੂਗਾ, ਕਿਉਂਕਿ ਪਰਮਾਤਮਾ ਨੇ ਤੁਹਾਡੀ ਝੋਲੀ ਦੇ ਵਿੱਚ ਜੇ ਖੁਸ਼ੀ ਪਾਉਣੀ ਆ ਤਾਂ ਉਹਨੇ ਜ਼ਰੂਰ ਪਾਉਣੀ ਆ। ਸੋ ਇੱਕ ਵਾਰੀ ਡਾਕਟਰ ਸੁਮਿਤਾ ਸੂਫਤ ਹੋਸਪਿਟਲ ਵਿੱਚ ਜ਼ਰੂਰ ਆਓ। ਧੰਨਵਾਦ ਜੀ।